ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸ਼ੋਕ ਬਾਈ ਜੀ ਨੇ ਗੱਲਾਂ ਜਿਵੇਂ ਕੀਤੀਆਂ ਸਾਡੇ ਬਾਰੇ, 2016 ਦੇ ਵਿੱਚ ਸਾਨੂੰ ਵੀ ਕੋਈ ਅੱਲਾ, ਕੋਈ ਰਾਮ, ਕੋਈ ਵਾਹਿਗੁਰੂ, ਕੋਈ ਭਗਵਾਨ, ਆਪਾਂ ਅਲੱਗ ਅਲੱਗ ਨਾਵਾਂ ਨਾਲ ਪੁਕਾਰਦੇ ਹਾਂ, ਉਹਨਾਂ ਵੱਲੋਂ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਤੇ ਜਿਹੜੀ ਹੋਈ ਆ, ਉਹਦੇ ਸੰਬੰਧ ਚ ਅੱਜ ਸਾਨੂੰ ਤੁਸੀਂ ਇੱਥੇ ਬੁਲਾਇਆ। ਸਾਡੇ ਸੰਸਾਰ ਦੇ ਇੱਕ ਬਹੁਤ ਵੱਡੇ ਉੱਚ ਕੋਟੀ ਦੇ ਵਿਦਵਾਨ ਹੋਏ ਨੇ, ਸਿਲਵੀਆ ਮੈਥੂ ਬੁਰਵੈਲ। ਸਿਲਵੀਆ ਮੈਥੂ ਬੁਰਵੈਲ ਜੋ ਕਿ ਉੱਚ ਕੋਟੀ ਦੇ ਵਿਦਵਾਨ ਹੋਏ ਨੇ, ਉਹ ਕਹਿੰਦੇ ਨੇ, ਡੇ ਆਫਟਰ ਡੇ ਆਰਡਨਰੀ ਪੀਪਲ ਬਿਕਮ ਹੀਰੋਜ਼ ਥਰੂ ਐਕਸਟਰਾ ਆਰਡਨਰੀ ਐਂਡ ਸੈਲਫਲੈਸ ਐਕਸ਼ਨ ਟੂ ਹੈਲਪ ਦੇਅਰ ਨੇਬਰਸ। ਦਿਨੋ ਦਿਨ ਆਮ ਲੋਕ ਆਪਣੇ ਗੁਆਂਢੀਆਂ ਦੀ ਮਦਦ ਕਰਨ ਲਈ ਅਸਧਾਰਨ ਅਤੇ ਨਿਸਵਾਰਥ ਕਾਰਵਾਈਆਂ ਰਾਹੀਂ ਹੀਰੋ ਬਣਦੇ ਹਨ। ਸੋ ਗੁਰਪ੍ਰੀਤ ਮਿੰਟੂ ਜੀ ਨੇ ਆਪਣੇ ਪਹਿਲਾਂ ਜਿੱਥੇ ਉਹ ਪਹਿਲਾਂ ਢਾਬੇ ਦੀ ਸੇਵਾ ਕਰਦੇ ਸੀਗੇ, ਉੱਥੇ ਦੱਸਦੇ ਹੁੰਦੇ ਨੇ ਵੀ ਉੱਥੇ ਕੋਈ ਨੇੜੇ ਕੋਈ ਲਾਚਾਰ ਸੀਗਾ, ਉਹਦੀ ਹੈਲਪ ਕੀਤੀ। ਉੱਥੋਂ ਫਿਰ ਉਹਨਾਂ ਨੂੰ ਪ੍ਰੇਰਿਤ ਮਿਲਿਆ, ਫਿਰ ਆਲਾ ਦੁਆਲਾ ਦੇਖਿਆ ਸਮਾਜ ਦੇ ਵਿੱਚ, ਉਹਨਾਂ ਛੋਟੀ ਛੋਟੀ ਹੈਲਪ ਕਰਕੇ ਫਿਰ ਵੱਡੇ ਵੱਡੀਆਂ ਉਹਨਾਂ ਨੇ ਮੀਲ ਪੱਥਰ ਪੈਦਾ ਕੀਤੇ ਨੇ ਵੀ ਮਨੁੱਖੀ ਸੇਵਾ ਤਾਂ ਕੀਤੀ ਜਾ ਸਕਦੀ ਹੈ। ਅੱਜ ਉਹ ਐਸਟਰਾ ਆਰਡਨਰੀ ਸੈਲਫਲੈਸ ਐਕਸ਼ਨ ਦੇ ਨਾਲ ਸਮਾਜ ਦੇ ਅੱਜ ਹੀਰੋ ਬਣ ਗਏ ਨੇ। ਆਓ ਉਹਨਾਂ ਵੱਲ ਦਿੱਤੀ ਜਾ ਰਹੀਆਂ ਸੈਲਫਲੈਸ ਸਰਵਿਸ ਬਾਰੇ ਜਾਣਦੇ ਹਾਂ। ਦੇ ਮਾਰਗਦਰਸ਼ਕ ਰਿਸਪੈਕਟਡ ਡਾਕਟਰ ਰਮੇਸ਼ ਜੀ, ਮਲਿਕ ਸਾਹਿਬ, ਮਹਿਰਾ ਸਾਹਿਬ, ਮੈਡਮ ਜੀ, ਔਰ ਸਾਡੇ ਸਾਰੇ ਸਾਥੀ ਜੋ ਕਿ ਸਾਰੇ ਪੰਜਾਬ ਤੋਂ ਇਕੱਠੇ ਹੋਏ ਆ, ਜਿਹੜੇ ਕਿ ਸਾਰੇ ਹੀ ਇੱਕ ਆਪਣੇ ਆਪਣੇ ਸ਼ਹਿਰ ਦੀ ਕਰੀਮ ਹੈ, ਕੋਈ ਸਭ ਆਪਣਾ ਬੜਾ ਇੱਕ ਬਹੁਮੁੱਲੇ ਦਾ ਟਾਈਮ ਕੱਢ ਕੇ ਆਪਣੀ ਸੇਵਾ 'ਚ ਲੱਗੇ ਆ। ਬਾਕੀ ਜਿਹਦੇ ਸਾਡੀ ਨਵਾਂ ਸ਼ਹਿਰ ਸੁਸਾਇਟੀ ਹੈ, ਨੇਤਰਦਾਨ ਸੰਸਥਾ ਨਵਾਂ ਸ਼ਹਿਰ, ਸਾਨੂੰ ਵੀ ਤਕਰੀਬਨ 20 ਸਾਲ 2004 'ਚ ਬਣਾਈ ਸੀ, 2005 ਵਿੱਚ ਸਾਨੂੰ ਪਹਿਲੀ ਆਈ ਡੋਨੇਸ਼ਨ ਹੋਈ ਸੀ। ਇਹ ਵੀ ਡਾਕਟਰ ਸਾਹਿਬ ਦੀ ਪ੍ਰੇਰਣਾ ਦੇ ਨਾਲ ਹੀ ਸਾਡੇ ਨਵਾਂ ਸ਼ਹਿਰ ਸੁਸਾਇਟੀ ਬਣੀ ਸੀ। ਡਾਕਟਰ ਸਾਹਿਬ ਨੇ ਜਿੱਦਾਂ ਦੱਸਿਆ ਕਿ 1992 ਤੋਂ ਲੱਗੇ ਹੋ ਆ, ਕਿ ਸਾਡੇ ਟੀਮ ਜਿਹੜੇ ਪ੍ਰੈਜੀਡੈਂਟ ਹੈ ਉਹ ਡਾਕਟਰ ਹੀ ਆ, ਡਾਕਟਰ JD ਵਰਮਾ ਜੀ, ਜਿਹਦੇ ਕਰਕੇ ਸਾਨੂੰ ਕਦੀ ਆਈਸ ਲੈਣ ਦੇ ਵਿੱਚ ਦਿੱਕਤ ਨਹੀਂ ਆਈ। ਕਦੀ ਅਸੀਂ ਸਾਡੇ ਨਵਾਂ ਸ਼ਹਿਰ ਸੁਸਾਇਟੀ ਕੋਲ ਕੋਈ ਪੈਂਡਿੰਗ ਕੇਸ ਨਹੀਂ ਹੈ, ਜਿਸ ਤਰ੍ਹਾਂ ਸਾਡੀ ਨਵਾਂ ਸ਼ਹਿਰ ਸੁਸਾਇਟੀ ਹੈ। ਬਾਕੀ ਸਾਡੀ ਨਵਾਂ ਸ਼ਹਿਰ ਐਸੋਸੀਏਸ਼ਨ ਜਿਸ ਤਰ੍ਹਾਂ ਆਈ ਡੋਨੇਸ਼ਨ ਦਾ ਕੰਮ ਕਰ ਰਹੀ ਆ, ਤਾਂ ਸਾਡੀ ਐਸੀ ਸੁਸਾਇਟੀ ਸਿਸਟਰ ਕੰਸਰਨ ਦੂਸਰੀ ਸਾਡੀ ਸੁਸਾਇਟੀ ਆ, ਦੁਆਬਾ ਸੇਵਾ ਸਮਿਤੀ, ਅਤੇ ਮੈਂਬਰ ਅਸੀਂ ਵੀ ਉਹਦੇ ਵਿੱਚ ਵੀ ਅਸੀਂ ਮੈਂਬਰ ਹਾਂ, ਪਰ ਸੁਸਾਇਟੀ ਇੱਕ ਲੱਗਿਆ ਹੈ ਸਾਡੀ, ਅਤੇ ਉਹਦੇ 'ਚ ਅਸੀਂ ਜਿੱਦਾਂ ਆਈ ਡੋਨੇਸ਼ਨ ਤੋਂ ਇਲਾਵਾ ਬੋਡੀ ਡੋਨੇਸ਼ਨ ਦੇ ਫਾਰਮ ਵੀ ਅਸੀਂ ਕਾਫੀ ਭਰਦੇ ਹਾਂ। ਅਤੇ ਜਿਸ ਤਰ੍ਹਾਂ ਹੁਣ ਤੱਕ 550 ਲੋਕਾਂ ਦੀਆਂ ਅੱਖਾਂ ਦਾਨ ਹੋ ਚੁੱਕੀਆਂ ਸਿਰਫ ਸਾਡੀ ਨਵਾਂ ਸ਼ਹਿਰ ਸੁਸਾਇਟੀ ਨੂੰ ਹੀ, ਜਿਹੜੀਆਂ ਕਿ ਮੈਕਸੀਮਮ ਡਾਕਟਰ ਸਾਹਿਬ ਦੇ ਕੋਲ ਆਈਆਂ, ਅਤੇ ਇੱਦਾਂ ਹੀ ਲਗਭਗ 150 ਲੋਕਾਂ ਦੇ ਅਸੀਂ ਬੋਡੀ ਡੋਨੇਸ਼ਨ ਦੇ ਵੀ ਫਾਰਮ ਭਰ ਚੁੱਕੇ ਹਾਂ, ਔਰ ਤਕਰੀਬਨ 8-9 ਬੋਡੀ ਅਸੀਂ ਭੇਜ ਵੀ ਚੁੱਕੇ ਹਾਂ। ਇਸ ਤਰ੍ਹਾਂ ਹੀ ਸੋਸ਼ਲ ਕੰਮ, ਹੋਰ ਬਹੁਤ ਸਾਰੇ ਕੰਮ ਸਾਡੇ ਨਵਾਂ ਸ਼ਹਿਰ ਸੁਸਾਇਟੀ ਚੱਲਦੇ ਆ। ਹਾਂਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਜਿਹੜੀ ਬੇਟੀ ਦੀ ਗੱਲ ਕੀਤੀ ਆ ਅਸ਼ੋਕ ਜੀ ਨੇ, ਉਹ 13 ਸਾਲ ਦੀ ਬੇਟੀ ਜੌਨਪੁਰ ਜ਼ਿਲ੍ਹੇ ਦੀ ਯੂਪੀ ਦੀ ਰਹਿਣ ਵਾਲੀ ਖਾਸਨਪੁਰ ਪਿੰਡ, ਉਹਦਾ ਡਾਕਟਰ ਦੇ ਕਲੀਨਿਕ ਦੇ ਉੱਤੇ ਉਹ ਝਾੜੂ ਪੋਚਾ ਲਾਉਂਦੀ ਸੀ,
ਉਹਦੇ ਬਾਪ ਦੀ ਡੈਥ ਹੋ ਗਈ ਜਦੋਂ 6 ਸਾਲ ਦੀ ਸੀ। 5 ਸਾਲ 7 ਸਾਲ ਉਹ ਬੱਚੀ ਝਾੜੂ ਪੋਚਾ ਲਾ ਕੇ ਰੋਟੀ ਖਾਂਦੀ ਸੀ। 500 ਰੁਪਇਆ ਉਹਨੂੰ ਮਹੀਨੇ ਦਾ ਮਿਲਦਾ ਸੀ। ਮਾਂ ਉਹਦੀ ਮੈਂਟਲੀ ਅਪਸੈਟ ਸੀ ਕਿਉਂਕਿ ਉਹਦੇ 3 ਭਰਾ ਹੋ ਕੇ ਉਹਨਾਂ ਦੀ ਡੈਥ ਹੋ ਗਈ, ਘਰ ਵਾਲੀ ਦੀ ਵੀ ਡੈਥ ਹੋ ਗਈ, ਉਹ ਲੇਡੀ ਮੈਂਟਲੀ ਅਪਸੈਟ ਹੋ ਗਈ। ਉਹ ਪਿੰਡ ਦੇ ਲੜਕੇ ਹਰ ਰੋਜ਼ ਉਹਦੇ ਨਾਲ ਲੜਕੀ ਦੇ ਨਾਲ ਗਲਤ ਕੰਮ ਕਰਦੇ, ਰੇਪ ਕਰਦੇ। ਜਦੋਂ ਪ੍ਰੈਗਨੈਂਟ ਹੋ ਗਈ, ਪੇਟ ਦਿਖਣ ਲੱਗ ਗਿਆ ਤਾਂ ਉਹ ਡਾਕਟਰ ਨੇ ਵੀ ਉਹਨੂੰ ਜੋਬ ਤੋਂ ਕੱਢਤਾ। ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਿੱਥੇ ਉਹ ਰਹਿੰਦੇ ਸੀ, ਦਿਓਰ ਜੇਠ ਸੀ ਜਿਹੜੇ, ਉਹ ਭੈਣ ਦੇ ਮੰਜੂ ਦੇ ਉਹਦੀ ਮੰਮੀ ਦੇ, ਉਹਨਾਂ ਨੇ ਵੀ ਉਹਨੂੰ ਘਰੋਂ ਕੱਢਤਾ। ਉਹ ਤੋਂ ਆਧਾਰ ਕਾਰਡ ਤੱਕ ਖੋ ਲਿਆ ਗਿਆ ਵੀ ਇਹਦੀ ਕੋਈ ਆਈਡੈਂਟੀ ਨਾ ਰਹੇ, ਉਹਨੂੰ ਕੋਈ ਬੰਦੇ ਦੀ ਡਿਊਟੀ ਲਾਈ, ਉੱਥੋਂ ਯੂਪੀ ਤੋਂ ਟ੍ਰੇਨ 'ਚ ਬਿਠਾ ਕੇ ਇੱਥੇ ਪੰਜਾਬ ਛੱਡ ਕੇ ਵੀ ਆਪੇ ਇੱਧਰ ਕੋਈ ਜਾਂ ਮਰ ਖੱਪ ਜੂ ਜਾਂ ਕੋਈ ਆਸ਼ਰਮ ਲੈ ਜੂ ਜਾਂ ਕੋਈ ਬੱਚਾ ਉੱਥੇ ਡਿਲੀਵਰ ਹੋ ਜੂ। ਤੇ ਲੁਧਿਆਣੇ ਸਟੇਸ਼ਨ ਦੇ ਬਾਹਰ ਪਈ ਉਹ ਬੱਚੀ ਤੇ ਉਹਦੀ ਮਾਂ ਨੂੰ ਅਸੀਂ ਜਦੋਂ ਲੈ ਕੇ ਆਏ, ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਆਪਣਾ ਐਡਰੈਸ ਦੱਸਿਆ ਤੇ ਅਸੀਂ ਗੂਗਲ ਦੇ ਜ਼ਰੀਏ ਉਹਨਾਂ ਦੇ ਘਰ ਤੱਕ ਪਹੁੰਚ ਕੀਤੀ। ਉਹਦੀ ਤਾਈ ਨਾਲ ਗੱਲ ਹੋਈ ਜਿਹੜੀ ਵਿਡੋ ਆ, ਜਿਹੜੀ ਦੂਜਿਆਂ ਦੇ ਸਾਰਿਆਂ ਦੇ ਖਿਲਾਫ਼ ਸੀ। ਉਹਨੇ ਦੱਸਿਆ ਵੀ ਇਹਦਾ ਜਿਹੜਾ ਬਰਥ ਆ ਉਹ 2011 ਦਾ ਬਰਥ ਆ, ਮਤਲਬ ਅਜੇ 13 ਸਾਲ ਵੀ ਪੂਰੇ ਨਹੀਂ ਹੋਏ ਤੇ 8 ਮਹੀਨੇ ਤੇ 1 ਹਫ਼ਤੇ ਦੀ ਉਹ ਪ੍ਰੈਗਨੈਂਟ ਸੀ ਜਦੋਂ ਅਸੀਂ ਅਲਟਰਾਸਾਊਂਡ ਕਰਾਇਆ। ਤੇ ਉਸ ਬੱਚੀ ਨੇ ਜਿਹਦਾ 13 ਸਾਲ ਉਮਰ ਆ, 33 ਕਿਲੋ ਭਾਰ ਆ ਤੇ 2 ਕਿਲੋ ਦੀ ਉਹ ਬੱਚੀ ਦਾ ਨੂੰ ਜਨਮ ਦਿੰਦੀ ਆ। ਕੱਲ ਰਾਤ ਉਹਦੇ ਬਰਥ ਹੋਇਆ ਬੱਚੇ ਦਾ। ਨੋਰਮਲ ਡਿਲੀਵਰੀ ਹੁੰਦੀ ਆ ਇੱਕ 13 ਸਾਲ ਦੀ ਬੱਚੀ। ਤੁਸੀਂ ਸੋਚ ਕੇ ਦੇਖੋ ਅਸੀਂ ਕਿੱਦਾਂ ਦੇ ਸਮਾਜ ਦੇ ਵਿੱਚ ਖੜੇ ਆ। ਸਮਝ ਗਈ ਜੇ ਗੱਲ ਤੂੰ ਮੇਰੀ, ਸਭ ਨੂੰ ਇਹ ਸਮਝਾਈਏ, ਦੁਨੀਆਂ ਦੇ ਵਿੱਚ ਆਏ ਹਾਂ ਆਪਾਂ ਕੋਈ ਤਾਂ ਪੁੰਨ ਕਮਾਈਏ, ਦੁਨੀਆਂ ਦੇ ਵਿੱਚ ਆਏ ਹਾਂ ਆਪਾਂ ਕੋਈ ਤਾਂ ਪੁੰਨ ਕਮਾਈਏ। ਬਾਦ ਮੌਤ ਦੇ ਡਰ ਕਾਹਦਾ, ਕਿਸ ਗੱਲ ਤੂੰ ਡਰਨੇ ਆ, ਮੌਤ ਦੇ ਪਿੱਛੋਂ ਸਿਰਿਆਂ ਵਿੱਚ ਅੰਗ ਸਭ ਦੇ ਸੜਨੇ ਆ, ਮੌਤ ਦੇ ਪਿੱਛੋਂ ਸਿਰਿਆਂ ਵਿੱਚ ਅੰਗ ਸਭ ਦੇ ਸੜਨੇ ਆ। ਸੁਣ ਲਓ ਭੈਣੋ ਸੁਣ ਲਓ ਵੀਰੋ, ਸਾਰੇ ਅੱਗੇ ਆਓ, ਅੱਖਾਂ ਦਾਨ ਦਾ